ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਤੁਸੀਂ ਸਹਿਣ ਲਿਆ ਬਾਪੂ ਨੂੰ? ਬਾਪੂ ਨੇ ਮੇਰੇ ਬਾਪੂ ਦਾ ਰੋਲ ਕੀਤਾ ਆਪਣੀ ਫਿਲਮ ਤਾਰੂ ਚ। ਬਾਪੂ ਤੈਨੂੰ ਬੋਲੀ ਜੀ ਕਿਵੇਂ ਆ ਗਈ? ਤਾਂ ਤੈਨੂੰ ਸਿਖਾਈ ਵੀ ਨਹੀਂ ਹੈ, ਕਿਵੇਂ ਆ ਗਈ ਤੈਨੂੰ ਬੋਲੀ ਜੀ ਮੇਰੇ ਵਾਲੀ? ਘੈਂਟ ਕਰਿਆ ਸੀ ਬਾਪੂ ਨੇ ਭਾਈ ਕੰਮ, ਤੇ ਬਾਪੂ ਨੂੰ ਇੱਕ ਵਾਰ ਵੀ ਨਹੀਂ ਐਂ ਜੇ ਦੱਸਿਆ ਸੀਗਾ ਵੀ ਐਂ ਜੇ ਬੋਲਣਾ ਐਂ ਜੇ ਬੋਲਣਾ, ਤੇ ਫਿਰ ਵੀ ਬਹੁਤ ਘੈਂਟ ਕੰਮ ਕਰਿਆ ਸੀ ਬਾਪੂ ਨੇ। ਲੈਂਗੁਏਜ ਤੁਸੀਂ ਸੁਣੋ ਹੀ ਆਪਣੀ ਤਾਰੂ ਵਾਲੀ ਫਿਲਮ 'ਚ ਬਹੁਤ ਸੋਹਣੀ ਬੋਲੀ ਸੀਗੀ। ਹੁਣ ਅਸੀਂ ਜਾਂਦੇ ਹਾਂ ਜੀ ਗੱਡੀਆਂ ਵਾਲੀ ਲੋਕੇਸ਼ਨ 'ਤੇ ਸੀਨ ਕਰਨ, ਅਤੇ ਬਾਈ ਹੋਰੀ ਗਏ ਅੱਗੇ। ਬਾਪੂ ਕੋਈ ਘੈਂਟ ਜੀ ਗੱਲ ਸੁਣਾ ਦੇ ਤੁਹਾਨੂੰ, ਹੁਣ ਵਾਲਾ ਜ਼ਮਾਨਾ ਜਿਹਾ ਵਧੀਆ ਲੱਗਦਾ ਕਿ ਪਹਿਲਾਂ ਵਾਲਾ ਵਧੀਆ ਲੱਗਦਾ ਸੀ? ਪਹਿਲਾਂ ਵਾਲਾ ਵਧੀਆ ਸੀ ਹੈ ਨਾ, ਕਲਯੁਗ ਆ ਹੁਣ ਤਾਂ ਕਲਯੁਗ ਰਾਜੀ ਨਹੀਂ। ਸਹੀ ਗੱਲ, ਹਾਂਜੀ। ਬਾਪੂ ਨੂੰ ਵੀ ਸ਼ੌਂਕ ਹੁੰਦਾ ਸੀ ਜੀ ਫਿਲਮਾਂ ਦਾ। ਬਾਪੂ ਕਹਿੰਦਾ ਹੁੰਦਾ ਸੀਗਾ ਵੀ ਮੈਨੂੰ ਸ਼ੌਂਕ ਆ, ਫਿਰ ਅਸੀਂ ਬਾਪੂ ਨੂੰ ਫਿਲਮ 'ਚ ਲੈਤਾ, ਫਿਰ ਬਾਪੂ ਨੇ ਕਰਿਆ ਮੇਰੇ ਬਾਪੂ ਦਾ ਰੋਲ, ਹੁਣ ਅਗਲੀ ਫਿਲਮ 'ਚ ਵੀ ਬਾਪੂ ਤੋਂ ਕੋਈ ਰੋਲ ਕਰਵਾਵਾਂਗੇ। ਘੈਂਟ ਬਾਪੂ ਆ, ਕਈ ਤਾਂ ਪੁਰਾਣੇ ਬੰਦੇ ਬਸ ਅਸੀਂ ਨਫ਼ਰਤ ਜੀ ਕਰਦੇ ਨੇ ਵੀ ਕੀ ਵੀਡੀਓ ਜੀ ਬਣਾਉਂਦੇ ਫਿਰਦੇ ਹਾਂ, ਅਤੇ ਬਾਪੂ ਪਰ ਘੈਂਟ ਆ। ਹਾਂ, ਅਤੇ ਹਾਂਜੀ ਪਿੱਛੇ ਆ ਗਈ ਸਾਡੀ ਆਰਟਿਸਟ ਰਾਜ, ਅਤੇ ਹੁਣ ਅਸੀਂ ਜਾਂਦੇ ਹਾਂ ਸ਼ੂਟ ਕਰਨ। ਇਹਦੇ ਵਿੱਚ ਰਾਜ ਨੇ ਕਰਿਆ ਮੇਰੀ ਭੈਣ ਦਾ ਕਿਰਦਾਰ, ਨਿੰਮੋ ਦਾ ਕਿਰਦਾਰ ਕਰ ਰਹੀ ਹੈ ਰਾਜ, ਅਤੇ ਚੰਨੋ ਭਾਬੀ ਮੈਂ, ਤੁਹਾਨੂੰ ਪਤਾ ਹੀ ਹੈ। ਅੱਜ ਅਸੀਂ ਕਾਫੀ ਦਿਨਾਂ ਬਾਅਦ ਸ਼ੂਟ ਕਰ ਰਹੇ ਹਾਂ, ਦਿੱਕਤਾਂ ਸੀ ਕੁਛ, ਢਿੱਲ ਮੱਠ ਜੀ ਹੋ ਗਈ ਸੀ ਘਰ, ਘਰੇਲੂ ਪ੍ਰੋਬਲਮ ਸੀਗੀ। ਹਾਂ, ਅਤੇ ਆਖੜਾ ਬਾਈ ਕਰਮਾ ਜਵਾਕ ਲਈ ਆਪਾਂ ਉੱਧਰ ਹੀ ਜਾਣਾ ਵੀਰੇ, ਗੱਡੀ 'ਚ ਕਿਉਂ ਰਹਾਂਗੇ ਬਾਈ? ਹੋਰ ਮੇਰਾ ਤਾਂ ਨਹੀਂ ਹੈਗਾ। ਅੱਛਾ, ਫਿਰ ਅਸੀਂ ਆਪਾਂ ਛਾਂ 'ਚ ਖੜ ਜਾਂਦੇ। ਹਾਂ, ਬਹੁਤ ਜ਼ਿਆਦਾ ਬਾਪੂ। ਹਾਂ, ਪੈਸਾ ਮੁੱਖ ਆ, ਭੈਣ ਭਾਈਆਂ 'ਚ ਤਾਂ ਵੀ ਕੋਈ ਪਿਆਰ ਨਹੀਂ, ਕੋਈ ਖਤਮ ਹੋ ਰਿਹਾ। ਹਾਂਜੀ, ਆਹ ਖੜਾ ਬਾਈ ਜੈਲਾ, ਆਪ ਬਾਈ ਹੀਰੋ ਬਣਿਆ ਖੜਾ ਅਤੇ ਮੈਨੂੰ ਲੁੱਕ 'ਚ ਕਰਤਾ। ਇੱਧਰ ਰਾਜ ਦਾ ਅਤੇ ਬਾਈ ਰਾਜੂ ਦਾ ਸੀਨ ਆ। ਅੱਜ ਅਸੀਂ ਕਾਫੀ ਦਿਨਾਂ ਬਾਅਦ ਸ਼ੂਟ ਕਰ ਰਹੇ ਹਾਂ, ਮੈਨੂੰ ਤਾਂ ਸਟੋਰੀ ਵੀ ਦਿਮਾਗ 'ਚ ਨਹੀਂ ਆਈ ਜਾਂਦੀ ਦੁਬਾਰੇ ਦੁਬਾਰੇ, ਬਾਈ ਖੁਦ ਰਾਈਟਰ ਇਸ ਸਟੋਰੀ ਦਾ, ਬਾਈ ਦੇ ਵੀ ਨਹੀਂ ਆ ਰਹੀ ਦਿਮਾਗ 'ਚ। ਲਓ ਜੀ ਹੁਣ ਸੀਨ ਕਰ ਰਹੇ ਨੇ ਬਾਈ, ਇੱਥੇ ਸੀਨ ਨਾ ਬਾਈ ਤੁਹਾਡਾ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੀ ਇਹ ਸਟੋਰੀ ਨੂੰ, ਤਾਰੂ ਵਾਲੀ ਨੂੰ, ਗੱਡੀਆਂ ਵਾਲੀ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਮੇਰੀ ਇਸ ਲੁੱਕ ਨੂੰ, ਇੱਦਾਂ ਹੀ ਪਿਆਰ ਸਤਿਕਾਰ ਬਖਸ਼ਦੇ ਰਹੋ, ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵਾਸਤੇ ਵਧੀਆ ਵਧੀਆ ਨਵੀਆਂ ਨਵੀਆਂ ਸਟੋਰੀਆਂ, ਘੈਂਟ ਘੈਂਟ। ਹੋਰ ਬਾਪੂ ਕੁਛ ਕਹਿਣਾ ਚਾਹੋਗੇ? ਹਾਂ, ਇਹ ਤਾਂ ਹੈ ਜੀ, ਕਹਿ ਵੀ ਕੀ ਸਕਦੇ, ਸੁਣ ਤਾਂ ਕੌਣ ਆ ਕਿਸੇ ਦੀ ਇੱਥੇ ਨਾ। ਲੈ ਫਿਰ ਅੱਜ ਜੀ ਬਾਪੂ ਵਾਸਤੇ ਕਮੈਂਟ ਜ਼ਰੂਰ ਕਰਿਓ ਤੁਸੀਂ, ਬਾਪੂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਵੀਡੀਓ ਦਾ, ਅਤੇ ਸਾਡੀ ਵੀਡੀਓ ਬਣਦੀ ਵੀ ਦੇਖਦੇ ਨੇ ਬਾਪੂ, ਵਿੱਚ ਰੋਲ ਵੀ ਕਰਦੇ ਆ, ਅਤੇ ਨਹੀਂ ਤਾਂ ਕਈ ਬਜ਼ੁਰਗ ਤਾਂ ਕਹਿੰਦੇ ਨੇ ਕੀ ਆਏ ਆਏ ਆ, ਇਹੋ ਜਿਹੇ ਬਜ਼ੁਰਗ ਹੋਣੇ ਚਾਹੀਦੇ ਜਿਹੜੇ ਵਿੱਚ ਮਨੋਰੰਜਨ ਵੀ ਕਰਦੇ ਆ, ਸੋਚ ਤੇ ਨਿਰਭਰ। ਹਾਂਜੀ, ਆਇਆ ਬਾਈ ਕੁਛ ਬੋਲਤਾ ਜਾ ਹੁਣ।
ਨਹੀਂ ਬੋਲੋ ਬੋਲੋ ਆਜੋ ਮੇਰੇ ਬਲੌਗ ਚ ਬੋਲੋ ਜਿਹੜੇ ਤੇ ਮਰਜ਼ੀ ਬੋਲ ਪੋ ਬੀਬੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਨਾ ਕੋਈ ਨੀ ਫੋਨ ਲੈਂਦੀ ਵਿੱਚ ਹੋਰ ਠੀਕ ਹੋ ਬਸ ਵਧੀਆ ਜੀ ਆਉਣੀ ਆ ਮੈਂ ਕੋਈ ਫਰੀ ਹੋ ਗਏ ਜੀ ਮੇਰਾ ਸੀਨ ਹੋ ਗਿਆ ਵਿੱਚ ਭਾਈ ਬੇਬੇ ਆ ਗਈ ਸੀ ਸਾਡੀ ਉਹ ਜਾਂਦੀ ਹੈ ਬੇਬੇ ਬਾਪੂ ਫਿਲਮਾਂ 'ਚ ਕੰਮ ਕਰਦਾ ਬੇਬੇ ਉਹ ਗਈ ਹਾਂਜੀ ਕਰੋ ਤੁਸੀਂ ਸੀਨ ਅਸੀਂ ਉਹਦੀ ਚੁੱਪ ਕਰ ਜਾਵਾਂਗੇ ਹਾਂਜੀ ਠੀਕ ਹੈ ਜੀ ਬਾਏ ਬਾਏ ਫਿਰ ਮਿਲਦੇ ਹਾਂ ਕਿਸੇ ਵਧੀਆ ਜੀ ਬਲੌਗ ਨਾਲ